पाकिस्तान 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 हमसे टकराएगा, चूर-चूर हो जाएगा पाकिस्तान। अज जरा पिछले दिन पुलवामा के आतंकी हमला होया उसे देश के तकरीबन 44 जवान जोड़े आ बेदोषी वो जो शहीद हो गए उसके संबंध के अज नाले दियाँ हिंदू सिख सारिया जथेबंद ने समूह नाले के लोगों ने इकट्ठे हो गए थे पाकिस्तान के आतंकवाद के विरुद्ध ये जोड़ा अज रोस मुजहरा असी किया बिहार के और असं ये मन करते हैं अपने देश के प्रधानमंत्री तो कि उदों तो कितना छा छपंजा छीना साडा तो असं देश के बढ़ते हो करते हैं कि ये कर रहे हैं लेकिन पूरे 5 साल लंघ गए और साढ़े देश के जवान उस तरह ही अज तक शहीद होते आए बार के उत्ते और सब तो व्डा हमला जोड़ा ये कल परसों पिछले दिन हो गया वा। असं मन करते हैं अपने देश के प्रधानमंत्री तो कि इस हमले का मूँह तोड़ जवाब दिता जाए और जिन्हों के बच्चे उत्ते शहीद होए ने उन्होंने इंसाफ ता ही मिलेगा, उन्होंने आत्मा शांति होगा, बच्चों की रूह ता ही शांति मिलेगी कि जे जे आप इक्कीया के कत्ती पा के बाजी मोड़िए तो साढ़े देश वालों उन्होंने अंदर वड़ के जाके उन्होंने हमले करके और उन्होंने आतंकवाद को पूरा जड़ों खत्म किया जाए ये साड़ी सारे लोगों की सारी पब्लिक की यह मंग आ भी यहोजे आतंकी हमले जोड़े आ उन्होंने कोई भी तरीका लावे साडा साडे देश के कोई भी साडे जिहड़े एफर्ट लाउण पर इहोजे गां अगे वास्ते हमले ना होण साडे देश दे साडे बच्चे जिहड़े आ गां इदां जिहड़ियां नजायज मुल्कां जिहड़ियां इह ना होण जे किते वेखणा ही आ साडे देश दे बच्चे दा जोर ते बार्डर ते लड़ाई ला के वेख लैण आपे सारा कुछ पता लग जूगा। ਜਾਂਦੀਆਂ ਨੇ ਸਾਡੇ ਦੇਸ਼ ਦੇ ਬੱਚਿਆਂ ਦੀਆਂ ਸਾਡੇ ਨੌਜਵਾਨਾਂ ਦੀਆਂ ਇਹ ਬੰਦ ਹੋਣੀਆਂ ਚਾਹੀਦੀਆਂ ਨੇ ਇਹਨਾਂ ਵਾਸਤੇ ਜੋ ਵੀ ਪ੍ਰਪੋਜ਼ਲ ਸਰਕਾਰ ਨੇ ਸੈਂਟਰ ਸਰਕਾਰ ਨੇ ਤਿਆਰ ਕਰਨਾ ਉਹ ਕਰੇ ਔਰ ਅਸੀਂ ਕਹਿੰਦੇ ਹਾਂ ਵੀ ਵਿਦੋਸ਼ਾ ਕੋਈ ਵੀ ਨਹੀਂ ਮਾਰਿਆ ਜਾਣਾ ਚਾਹੀਦਾ, ਅਸੀਂ ਉਹਨਾਂ ਨੂੰ ਵੀ ਵਿਦੋਸ਼ੇ ਉਹਨਾਂ ਦੇ ਵੀ ਜਿਹੜੇ ਆ ਪਾਕਿਸਤਾਨ ਦੇ ਵੀ ਵਿਦੋਸ਼ੇ ਮਾਰੇ ਜਾਣ ਦੇ ਹੱਕ ਦੇ ਵਿੱਚ ਨਹੀਂ, ਜਿਹੜਾ ਬੰਦਾ ਦੋਸ਼ੀ ਆ ਉਹ ਕਿਸੇ ਕੀਮਤ ਤੇ ਬਚਣਾ ਨਹੀਂ ਚਾਹੀਦਾ। ਜੈਸ਼ੇ ਮੁਹੰਮਦ ਦਾ ਜਿਹੜਾ ਮੁਖੀ ਆ ਮਸੂਦ ਅਜ਼ਹਰ ਕੀ ਨਾਂ ਉਹਦਾ ਉਹਨੂੰ ਜਿੱਥੇ ਵੀ ਉਹ ਹੋਵੇ ਉਹਨੂੰ ਫੜ ਕੇ ਉਹਨੂੰ ਸ਼ਰਿਆਂ ਫਾਂਸੀ 'ਤੇ ਲਟਕਾਉਣਾ ਚਾਹੀਦਾ ਕਿਉਂਕਿ ਉਹਨਾਂ ਬੰਦਿਆਂ ਦੀ ਕੁਝ ਬੰਦਿਆਂ ਦੀ ਬਦੌਲਤੀ ਜਿਹੜੇ ਸਾਡੇ ਦੇਸ਼ ਦੇ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੀਆਂ ਵਿਦੋਸ਼ੀਆਂ ਦੀਆਂ ਜਾਨਾਂ ਜਾ ਰਹੀਆਂ ਨੇ ਔਰ ਇਹ ਆਤੰਕਵਾਦ ਜਿਹੜਾ ਪੂਰੇ ਭਾਰਤ ਦੇ ਵਿੱਚੋਂ ਨਹੀਂ ਮੈਂ ਕਹਿੰਦਾ ਪੂਰੇ ਵਰਲਡ ਦੇ ਵਿੱਚੋਂ ਖਤਮ ਹੋਣਾ ਚਾਹੀਦਾ। ਇਹੋ ਜਿਹੀ ਕਦੀ ਕੋਈ ਘਟਨਾ ਅੱਗੇ ਵਾਸਤੇ ਨਾ ਵਾਪਰੇ, ਇਹ ਸਾਡੇ ਦੇਸ਼ ਦੇ ਸਾਡੇ ਸੁਰੱਖਿਆ ਜਿਹੜੀਆਂ ਸਮਿਤੀਆਂ ਨੇ ਉਹਨਾਂ ਨੂੰ ਇਹ ਪੂਰਾ ਜਿਹੜਾ ਸਾਡੇ ਨੌਜਵਾਨ ਵੀਰ ਆ ਉਹਨਾਂ ਨੂੰ ਭਰੋਸਾ ਦੇਣਾ ਚਾਹੀਦਾ ਸਾਡੀਆਂ ਜਿੰਨੀਆਂ ਵੀ ਫੋਰਸਾਂ ਨੇ ਵੀ ਅੱਗੇ ਵਾਸਤੇ ਨਜਾਇਜ਼ ਕੋਈ ਨਹੀਂ ਬਣੂਗਾ। ਸ਼੍ਰੀਨਗਰ ਦੇ ਵਿੱਚ ਜੋ ਹਾਦਸਾ ਵਾਪਰਿਆ ਕਾਰਤਾਨਾ ਪੂਰਵ ਆਪਾਂ ਕਹਿ ਸਕਦੇ ਹਾਂ, ਜਿਹੜਾ ਇੱਕ ਨਹਿਰੀ ਘਟੀਆ ਇਨਸਾਨ ਜੋ 45 ਪਰਿਵਾਰਾਂ ਨੂੰ ਲੈ ਕੇ ਬਹਿ ਗਿਆ ਹੈਗਾ, ਸਾਡੇ ਦੇਸ਼ ਦੀ ਆਰਮੀ ਬਹਾਦਰ ਜਵਾਨ ਆਹਮੋ ਸਾਹਮਣੇ ਆਣ ਕੇ ਇਹ ਬੰਦੇ ਲੜਨ ਵੀ ਵੇਖੀਏ ਇਹਨਾਂ ਦੇ ਵਿੱਚ ਕਿੰਨਾ ਦਮ ਹੈਗਾ ਆ। ਇਹ ਬੁਜ਼ੁਰਗ ਇਨਸਾਨ ਪਿੱਠ ਪਿੱਛੇ ਵਾਰ ਕਰਦੇ ਨੇ, ਫਿਰ ਆਪਣੀ ਬਹਾਦਰੀ ਜਿਤਾਉਂਦੇ ਨੇ, ਫਿਰ ਆਪਣੀਆਂ ਵੀਡੀਓ ਕਰਦੇ ਆ। ਅਸੀਂ ਨਾਲੇ ਦੇ ਨੌਜਵਾਨ ਇਹਨਾਂ ਨੂੰ ਖੁੱਲ੍ਹੇਆਮ ਚੈਲੇਂਜ ਕਰਦੇ ਆ ਪਾਕਿਸਤਾਨ ਨੂੰ ਕਿ ਉਹ ਸਾਡੇ ਨਾਲ ਆਹਮੋ ਸਾਹਮਣੇ ਵੇਖੋ, ਵੇਖਦੇ ਆ ਇਹਨਾਂ ਦੇ ਬਾਹਾਂ ਦੇ ਵਿੱਚ ਕਿੰਨਾ ਕੁ ਦਮ ਹੈਗਾ ਆ, ਕਿੰਨੇ ਆਪਣੀ ਮਾਂ ਦਾ ਦੁੱਧ ਪੀਤਾ ਹੈਗਾ ਆ, ਜਿਹੜੇ ਸਾਡੇ ਨੇਤੇ ਵੀਰਾਂ ਨੂੰ ਇਹਨਾਂ ਬੰਬਾਂ ਨਾਲ ਉਡਾ ਦਿੱਤਾ ਹੈਗਾ ਆ। ਅਸੀਂ ਇਹਦਾ ਪੁਰਜ਼ੋਰ ਵਿਰੋਧ ਕਰਦੇ ਹੈਗੇ ਆ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਇਹ ਅਪੀਲ ਕਰਦੇ ਆ ਕਿ ਇਹ ਰੋਜ਼ ਦੀ ਕਿਚਕਿਚ ਜਿਹੜੀ ਇਹ ਖਤਮ ਕੀਤੀ ਜਾਵੇ ਅਤੇ ਪਾਕਿਸਤਾਨ ਨੂੰ ਇੱਕ ਵਾਰੀ ਮੂੰਹ ਤੋੜ ਜਵਾਬ ਦਿੱਤਾ ਜਾਵੇ ਤਾਂ ਜੋ ਇਹ ਕਿਰਾਏਕਾਰਾਨਾ ਹਰਕਤ ਜਿਹੜੀ ਉਹ ਦੁਬਾਰਾ ਨਾ ਕਰੇ। ਮੇਰੀ ਸਾਰੇ ਹੀ ਲੀਡਰਾਂ ਨੂੰ ਸਾਰੇ ਹੀ ਪਾਰਟੀ ਦੇ ਲੀਡਰਾਂ ਨੂੰ ਇਹ ਬੇਨਤੀ ਹੈ ਕਿ ਆਪਸ 'ਚ ਲੜਨਾ ਬੰਦ ਕਰੋ ਅਤੇ ਕੁਛ ਦੇਸ਼ ਵਾਸਤੇ ਸੋਚੋ, ਤੁਹਾਡੇ ਕਰਕੇ ਸਾਡੀ ਜਿਹੜੀ ਕੌਮ ਆ ਸਾਡੇ ਜਿਹੜੇ ਆ ਨੌਜਵਾਨ ਜਿਹੜੇ ਆ ਉਹਨਾਂ ਦਾ ਬੜਾ ਗਰਕ ਹੁੰਦਿਆਂ ਬੇਰੁਜ਼ਗਾਰੀ ਦੇਸ਼ 'ਚ ਵਧਣ ਦੀ, ਅੱਤਵਾਦ ਦੇਸ਼ ਦੇ ਵਿੱਚ ਵਧਣ ਦਿਆ, ਇਹ ਸਾਰਾ ਹੀ ਸਾਡੇ ਲੀਡਰਾਂ ਦਾ ਕਸੂਰ ਹੈਗਾ ਆ। ਮੈਂ ਕਿਹਾ ਹੋਰ ਤੁਹਾਡੀ ਪਹਿਲਾਂ ਆਪਣਾ ਘਰ ਆਪਾਂ ਸੁਧਾਰੀਏ, ਪਹਿਲਾਂ ਆਪਾਂ ਆਪਣੇ ਲੀਡਰ ਸੁਧਾਰੀਏ, ਫਿਰ ਆਪਾਂ ਪਾਕਿਸਤਾਨ ਨੂੰ ਲਈਏ, ਪਹਿਲਾਂ ਆਪਣੇ ਆਪ ਨੂੰ ਸੋਹਣੇ ਖਾਣੇ ਸੰਸਦ ਵਿੱਚ ਫਰੇ ਜਾਣੇ ਕਿ ਅਸੀਂ ਆਪਣੇ ਆਪ ਨੂੰ ਕੁੱਤਿਆਂ ਵਾਂਗ ਜਿਹੜੇ ਨਹੀਂ ਲੜਾਂਗੇ। ਇੰਨੀਆਂ ਜਲੀਲ ਰੱਖਦਾ ਬਿਨਾਂ ਕਿਸੇ ਸਬੂਤਾਂ ਤੋਂ ਇੱਕ ਦੂਜੇ ਉੱਤੇ ਇਲਜ਼ਾਮ ਲਾਉਣਾ ਅਤੇ ਪਬਲਿਕ ਨੂੰ ਗੁੰਮਰਾਹ ਕਰਨਾ ਅਤੇ ਫਿਰ ਦੁਸ਼ਮਣ ਆਣ ਕੇ ਉਸ ਚੀਜ਼ ਦਾ ਫਾਇਦਾ ਉਠਾਉਂਦਾ ਹੈਗਾ ਅਤੇ ਸਾਡੇ ਵੀਰਾਂ ਅਤੇ ਭਰਾਵਾਂ ਅਤੇ ਸਿਵਲ ਜਿਹੜੇ ਆਦਮੀ ਆ ਉਹਨਾਂ ਉੱਤੇ ਜਾਂ ਆਰਮੀ ਦੇ ਆਰਮੀ ਵਾਲੇ ਜਿਹੜੇ ਸਾਡੇ ਵੀਰ ਆ ਉਹਨਾਂ ਉੱਤੇ ਉਹ ਅਟੈਕ ਕਰਦੇ ਆ। ਇਹ 2 ਦਿਨ ਵਾਸਤੇ ਬਿਆਨ ਦੇ ਦਿੰਦੇ ਆ, ਅਸੀਂ ਕੜੀ ਨਿੰਦਾ ਕਰਾਂਗੇ ਜੀ, ਅਸੀਂ ਕੜੀ ਨਿੰਦਾ ਕਰਾਂਗੇ। ਮੈਨੂੰ ਅੱਜ ਤੱਕ ਆਹ ਸਮਝ ਨਹੀਂ ਹੈਗੀ ਕਿ ਕੜੀ ਨਿੰਦਾ ਨਾਲ ਹੁੰਦਾ ਕੀ ਆ, ਕੜੀ ਨਿੰਦਾ ਨਾਲ ਕਦੇ ਵੀ ਅੱਜ ਤੱਕ 17 ਸਾਲਾਂ ਵਿੱਚ ਕਦੀ ਕੁਝ ਨਹੀਂ ਹੋਇਆ। ਇਹਨਾਂ ਨੂੰ ਚਾਹੀਦਾ ਆ ਕੁਛ ਫੈਸਲਾ ਕੁੰਨ ਜਿਹੜਾ ਆ ਉਹ ਇੰਤਜ਼ਾਮ ਕਰਨ, ਕੋਈ ਕਦਮ ਉਠਾਉਣ। ਬਸ ਮੇਰੀ ਇਹਨਾਂ ਸਾਰੇ ਭਰਾਵਾਂ ਅੱਗੇ ਬੇਨਤੀ ਆ, ਕੁਛ ਕਰੋ ਦੇਸ਼ ਦਾ,
कुछ युवा पीढ़ी का करो ये ही मैं धन्यवाद करना। तहत सारे देश के जिते योग है उसे ही जो अजनाला के लोकल सारिया ही जथेबंदियों वालों मंग पत्र दिता गया गृह मंत्रालय को कि अतवादियों पढ़ के अंदर दिता जाए तहश तहश किया जाए। लोकल पुलिस भी इस चीज़ का समर्थन करते हैं कि अमन शांति देश।